ਕਿਸੇ ਕੁੜੀ ਦੇ ਪਿੱਛੇ ਪਰਚੇ ਹੋ ਗਏ ਤੁਹਾਡੇ ਥਾਣੇ ਪੁਲਿਸ ਫੜ ਕੇ ਲੈ ਗਈ ਛਿੱਤਰ ਛਿੱਤਰ ਮਾਰੇ ਉਹਨੇ ਮਾਰੇ ਤਾਂ ਕੀ ਕਰ ਲਿਆ ਉਹਨੇ ਕੀ ਕਰ ਲਿਆ ਅਸੀਂ ਵੀ ਰਾਮ ਨਾਲ ਚੁੱਪ ਕਰਕੇ ਰੋ ਕੇ ਨਿਕਲ ਆਏ ਸਾਂ ਤੁਸੀਂ ਗਏ ਕਿ ਕੁੜੀ ਦੇ ਪਿੱਛੇ ਆਪਣੀ ਯੂਟਿਊਬ ਕੱਟ ਕੇ ਵੇਖ ਕੁੜੀਆਂ ਦੇ ਇੰਟਰਵਿਊ ਦੇ ਤੇ ਤੂੰ ਚਮਕੀਲੇ ਕੋਟ ਪਾਏ ਹੁੰਦੇ ਸਾਡੀ ਵਾਲੀ ਕੋਟ ਵੀ ਉਹ ਪਾਇਆ ਜਿਹੜਾ ਹਮਸਾਇ ਪਵਾ ਕੇ ਲਿਆਂਦਾ ਉਹ ਲੜਕੀ ਚੀਜ਼ ਹੀ ਐਸੀ ਹੈ ਸ਼ਹਿਜ਼ਾਦੇ ਆ ਬਸ ਜਦੋਂ ਕਹਿ ਦਿੰਦੀ ਨਾ ਕਿ ਮੈਂ ਤੇਰੇ ਬਗੈਰ ਨਹੀਂ ਰਹਿ ਸਕਦੀ ਖਾਨਾ ਖਰਾਬ ਕਰ ਦਿੱਤੀ ਉਹਨੇ ਬੰਦੇ ਨੇ ਦੁਬਾਰਾ ਸ਼ਾਦੀ ਕਰਨ ਦਾ ਮੌਕਾ ਮਿਲੇ ਇਹਨਾਂ ਦੋਵਾਂ ਕਿਹਦੇ ਨਾਲ ਕਰੋਗੇ ਦੀਦਾਰ ਨਾਲ ਜਾਂ ਨਰਗਿਸ ਨਾਲ ਅੱਲਾਹ ਤੇਰੀ ਖੈਰ ਕਰੇ ਭਰਾ ਇੰਟਰਵਿਊ ਕਰਵਾ ਕਿਉਂ ਮੈਨੂੰ ਬਾਹਰ ਨਿਕਲ ਕੇ ਗੋਲੀ ਮਰਵਾਉਣੀ ਹੈ ਚੰਗੀ ਸਟ੍ਰਗਲ ਕੀਤੀ ਹੈ ਤੁਸੀਂ ਜਿਹੜਾ ਤੁਸੀਂ ਕੁੜੀਆਂ ਨੂੰ ਪੈਸੇ ਖਵਾਈ ਦਿਓ ਗੱਡੀ ਦਿੱਤੀ ਮੈਂ ਕੁੜੀ ਨਾਲ ਫਿਰ ਮੈਂ ਸੋਹਣੀਆਂ ਬਦਦੁਆਵਾਂ ਦਿੱਤੀ 6 ਕੁ ਮਹੀਨੇ ਆਪ ਹਸਪਤਾਲ ਰਹੀ ਹੈ ਤੇ ਗੱਡੀ ਵਰਕਸ਼ਾਪ ਰਹੀ ਹੈ ਜਿਹੜੀ ਸਭ ਨੂੰ ਪਿਆਰੀ ਕੁੜੀ ਜਿਹੜੀ ਸਟੇਜ ਤੇ ਤੁਹਾਨੂੰ ਲੱਗਦੀ ਜਿਹੜੀ ਸਟੇਜ ਤੇ ਪਿਆਰੀ ਲੱਗਦੀ ਉਹਨੂੰ ਸਟੇਜ ਤੇ ਅਸੀਂ ਪਿਆਰੀ ਵੀ ਨਹੀਂ ਕਹਿ ਸਕਦੇ ਕਿਉਂਕਿ ਪਿੱਛੋਂ ਬਾਹਰ ਨਿਕਲਣਾ ਉਹਦੀ ਮਾਂ ਜਾਂ ਲਿਫਟ ਮੰਗ ਲੈਂਦੀ ਜਾਂ 10,000 ਰੁਪਏ ਮੰਗ ਲੈਂਦੀ ਜੀ ਮੈਨੂੰ ਇਹ ਦੱਸੋ ਸੁਣਿਆ ਤੁਸੀਂ ਕਿਸੇ ਕੁੜੀ ਦੇ ਪਿੱਛੇ ਤੁਹਾਡਾ ਪਰਚਾ ਹੋ ਗਿਆ ਤੁਹਾਡੇ ਤੇ ਪਹਿਲੇ ਤੈਨੂੰ ਦੱਸਿਆ ਕਿ ਨਹੀਂ ਦੱਸ ਮੈਂ ਸੁਣਿਆ ਮੈਨੂੰ ਪਤਾ ਲੱਗਾ ਇੱਕ ਉਹ ਐਵੇਂ ਲੋਕ ਫਾਰਮ ਭਰਾਉਂਦੇ ਪਰਚਾ ਹੋ ਗਿਆ ਕੀ ਹੋ ਗਿਆ ਇਹ ਵੀ ਸੁਣਿਆ ਉਹਨਾਂ ਨੇ ਥਾਣੇ ਪੁਲਿਸ ਫੜ ਕੇ ਲੈ ਗਈ ਛਿੱਤਰ ਛੁੱਤਰ ਮਾਰੇ ਉਹਨੇ ਇਹ ਕਿਹੜੀ ਰੂਟੀਨ ਹੈ ਗੱਲਾਂ ਮਾਰੇ ਤਾਂ ਕੀ ਕਰ ਲਿਆ ਉਹਨੇ ਕੀ ਕਰ ਲਿਆ ਛਿੱਤਰ ਮਾਰ ਕੇ ਵੱਡੀ ਹੋ ਗਈ ਅਸੀਂ ਵੀ ਰਾਮ ਨਾਲ ਚੁੱਪ ਕਰਕੇ ਰੋ ਕੇ ਨਿਕਲ ਆਏ ਸਾਂ ਸਹੀ ਹੋ ਤੇ ਤੁਸੀਂ ਗਏ ਕਿ ਕੁੜੀ ਦੇ ਪਿੱਛੇ ਆਪ ਨਹੀਂ ਤੇ ਜਾਂਦਾ ਕੁੜੀਆਂ ਦੇ ਪਿੱਛੇ ਨਹੀਂ ਮੈਂ ਮਤਲਬ ਆਪਣੀ ਯੂਟਿਊਬ ਕੱਟ ਕੇ ਵੇਖ ਕੁੜੀਆਂ ਦੇ ਇੰਟਰਵਿਊ ਦੇ ਤੂੰ ਚਮਕੀਲੇ ਕੋਟ ਪਾਏ ਹੁੰਦੇ ਸਾਡੀ ਵਾਲੀ ਕੋਟ ਵੀ ਉਹ ਪਾਇਆ ਜਿਹੜਾ ਹਮਸਾਇਆ ਕੋ ਮੰਗ ਲਿਆਂਦਾ ਉਹ ਲੜਕੀ ਚੀਜ਼ ਹੀ ਐਸੀ ਹੈ ਸ਼ਹਿਜ਼ਾਦੇ ਆ ਬਸ ਜਦੋਂ ਕਹਿ ਦਿੰਦੀ ਨਾ ਕਿ ਮੈਂ ਤੇਰੇ ਬਗੈਰ ਨਹੀਂ ਰਹਿ ਸਕਦੀ ਅੱਛਾ ਖਾਨਾ ਖਰਾਬ ਕਰ ਦਿੰਦੀ ਉਹ ਬੰਦੇ ਸਹੀ ਹੋ ਗਿਆ ਅੱਛਾ ਮਾਸ਼ਾਅੱਲਾ ਸ਼ਾਦੀ ਤੁਹਾਡੀ ਹੋਈ ਹੈ ਤੇ ਦੁਬਾਰਾ ਸ਼ਾਦੀ ਕਰਨ ਦਾ ਮੌਕਾ ਮਿਲੇ ਤੇ ਇਹਨਾਂ ਦੋਵਾਂ 'ਚ ਕਿਸੇ ਕਿਹਦੇ ਨਾਲ ਕਰੋਗੇ ਦੀਦਾਰ ਨਾਲ ਜਾਂ ਨਰਗਿਸ ਨਾਲ ਅੱਲਾਹ ਤੇਰੀ ਖੈਰ ਕਰੇ ਭਰਾ ਜਵਾਬ ਦੇਣਾ ਇੰਟਰਵਿਊ ਕਰਵਾ ਕਿਉਂ ਮੈਨੂੰ ਬਾਹਰ ਨਿਕਲ ਕੇ ਗੋਲੀ ਮਰਵਾਉਣੀ ਹੈ ਨਾ ਦੇ ਕਿਹੜੇ ਕਿਹੜੇ ਵੱਡੇ ਲੱਗੇ ਨਹੀਂ ਨਹੀਂ ਲੇਕਿਨ ਇਹ ਬੰਦਾ ਇੱਕ ਖੁਆਇਸ਼ ਹੁੰਦੀ ਹੈ ਬੰਦਾ ਕਹਿ ਦਿੰਦਾ ਕਿ ਯਾਰ ਮੈਂ ਇਹਨਾਂ ਨੂੰ ਅੱਲਾ ਪੁਰ ਕਰਾ ਬਸ ਇਹਨਾਂ ਤੋਂ ਅੱਲਾ ਬਚਾਏ ਮੇਰੇ ਲਈ ਦੋਨੇ ਕਾਬਿਲ ਇਹਤਰਾਮ ਨੇ ਔਰ ਮੇਰਾ ਇਹਨਾਂ ਨਾਲ ਇਸ ਤਰ੍ਹਾਂ ਹੀ ਤਲਕ ਹੈ ਜਿਵੇਂ ਭੈਣਾਂ ਭਰਾਵਾਂ ਵਾਲਾ ਤਲਕ ਹੈ ਸੱਚੀ ਮੁੱਚੀ ਡਰ ਕੇ ਨਹੀਂ ਕਹਿ ਰਿਹਾ ਆਉਣ ਜਾਣ ਘਰ ਘਰੇਲੂ ਤਲਕਾ ਦਾ ਐਸੇ ਘਰ ਨਹੀਂ ਗੱਲ ਇਹ ਹੈ ਕਿ ਇਹ ਤਾਂ ਵੈਸੇ ਹੀ ਇੱਕ ਸਵਾਲ ਫਨ ਟਾਈਪ ਹੋ ਰਿਹਾ ਨਾ ਅਤੇ ਇਹਦੇ ਵਿੱਚ ਅਗਰ ਨਾਮ ਲੈ ਵੀ ਦਿਓਗੇ ਤਾਂ ਕੋਈ ਐਸਾ ਇਸ਼ੂ ਨਹੀਂ ਹੋਣ ਲੱਗਾ ਖਾਲੀ ਬਦਮਾਸ਼ਾ ਨਾਲ ਹੀ ਉਹਨਾਂ ਦਾ ਤਲਕ ਪਾਈ ਉਹ ਸਾਰਾ ਮਹਿਕਮਾ ਪੁਲਿਸ ਵਾਲਿਆਂ ਦਾ ਉਹਨਾਂ ਦਾ ਅਤੇ ਨਾਲ ਆ ਵੀ ਸਾਹਮਣੇ ਤੇਰੇ 'ਚ ਗੋਲੀ ਵੱਜ ਗਈ ਅਤੇ ਨਿਕਲ ਕੇ ਮੈਨੂੰ ਵੱਜਾ ਨਹੀਂ ਅੱਛਾ ਕਿਉਂ ਦੋਵਾਂ ਨੇ ਗੋਲੀ ਖਾਣੀ ਭਾਈ ਮੈਨੂੰ ਮੈਂ ਤਾਂ ਵੈਸੇ ਸਵਾਲ ਉਹਨਾਂ ਨੇ ਕਹਿਣਾ ਸਵਾਲ ਕਿਉਂ ਕੀਤਾ ਤੂੰ ਸਹੀ ਹੋ ਗਿਆ ਅੱਛਾ ਅਗਰ ਚੂੜੀਆਂ ਫਿਲਮ ਦੁਬਾਰਾ ਬਣੇ ਅਤੇ ਮੋਮਲ ਰਾਣੇ ਦੀ ਜਗ੍ਹਾ ਤੁਹਾਨੂੰ ਲਿਆ ਜਾਏ ਅਤੇ ਅੱਜ ਕੱਲ੍ਹ ਕਿਹੜੀ ਅਦਾਕਾਰਾ ਤੁਸੀਂ ਹੀਰੋਇਨ ਆਪਣੀ ਕਾਸਟ ਕਰੋਗੇ ਪਹਿਲੀ ਗੱਲ ਤਾਂ ਮੋਮਲ ਰਾਣੇ ਵਾਲਾ ਮੈਂ ਰੋਲ ਹੀ ਨਹੀਂ ਕਰ ਸਕਦਾ ਹਾਂ ਅਲਬੱਤਾ ਚੂੜੀਆਂ ਦੁਬਾਰਾ ਬਣਿਆ ਅਤੇ ਸਰਦਾਰ ਕਮਾਲ ਦੇ ਪਿਓ ਵਾਲਾ ਰੋਲ ਮੈਂ ਕਰ ਦਿਆਂਗਾ ਜਿਹੜਾ ਕਹਿੰਦਾ ਮੁੰਨ ਕੇ ਰੱਖ ਦਿਆਂਗਾ ਅਤੇ ਇੰਨਾ ਮੈਂ ਕਹਿ ਸਕਦਾ ਮੈਂ ਮੁੰਨ ਕੇ ਰੱਖ ਦਿਆਂਗਾ ਠੀਕ ਹੈ ਅਤੇ ਇਹ ਹੈਗਾ ਕਿ ਦੁਬਾਰਾ ਚੂੜੀਆਂ ਬਣੇ ਤਾਂ ਸਰਦਾਰ ਜਿਹੜੀ ਅਬਦ ਖਾਨ ਸਾਹਿਬ ਨਾਲ ਨਗਮਾ ਬੇਗਮ ਆਏ ਨੇ ਨਾ ਮੈਂ ਨਗਮਾ ਬੇਗਮ ਵਾਲਾ ਰੋਲ ਕਿਸੇ ਆਪਣੀ ਪੁਰਾਣੀ ਖਤੂਨ ਜਿਹੜੀ ਮੇਰੀ ਵਾਕਫ ਹੋਏਗੀ ਨਾ ਉਹਦੇ ਕੋਲ ਕਰਾ ਦੇ ਨਾਮ ਲੈਣਾ ਉਹਨੂੰ ਦੱਸਣਾ ਨਹੀਂ ਪੁਰਾਣੀ ਨੂੰ ਛੱਡ ਦਿਓ ਨਵੀਂ ਦਾ ਨਹੀਂ ਜਿਹਨਾਂ ਨਾਲ ਮੇਰੇ ਤਲੁਕਾਤ ਰਹੇ ਨੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਤੁਸੀਂ ਨਾਮ ਲੈਣਾ ਕਹਿੰਦੇ ਤਾਂ ਮੈਂ ਚੁਆਇਸ ਦੇ ਦਿੰਦਾ ਤੁਹਾਨੂੰ ਚੁਆਇਸ ਕਿਹੜੀ ਤੁਹਾਡੇ ਕੋਲ ਮੈਂ ਵੀ ਸ਼ਿਆਤ ਮਾਇਰਾ ਹਾਨ ਨੀਲਮ ਮੁਨੀਰ ਬਹੁਤ ਅੱਛਾ ਜਿਹੜੀਆਂ ਕਿਆਮਤ ਤੱਕ ਨਾ ਕਰ ਸਕਦੇ ਰੋਲ ਉਹ ਮੈਨੂੰ ਇਹ ਦੱਸ ਕੇ ਇੱਥੋਂ ਭੱਠੇ 'ਤੇ ਜਿਹੜੀ ਕੰਮ ਕਰਦੀ ਉਹ ਤੈਨੂੰ ਲਿਆ ਕੇ ਦੱਸਾਂ ਜਾਂ ਤਾਂ ਤਮਾਸੀਲ ਕੰਮ ਕਰਦੀ ਉਹਦੇ ਨਾਲ ਕੰਮ ਅਗਰ ਉਹਦੇ 'ਚ ਕੋਈ ਹੋਵੇ ਤਾਂ ਸਾਡੇ ਅਲਫਲਾ ਇੱਕ ਲੜਕੀ ਕੰਮ ਕਰਦੀ ਮਿਨਾਹ ਅੱਛਾ ਅੱਛਾ ਬਲਕਿ ਉਹਨੂੰ ਹੀਰੋਇਨ ਦਾ ਰੋਲ ਦੇਵਾਂ ਮੈਂ ਸਹਿਮਾ ਬੇਗਮਾ ਦਾ ਰੋਲ ਕਰਾਂ ਅੱਛਾ ਅਤੇ ਮੋਮਰ ਆਉਣ ਵਾਲਾ ਕੋਈ ਹੋਰ ਕਰੇ ਮੇਰੇ ਕੋਲ ਨਹੀਂ ਹੋਣਾ ਮੋਮਰ ਆਉਣਾ ਨਾ ਮੇਰੇ ਕੋਲ ਗਿਟਾਰ ਵਜਾਈ ਜਾਣੀ ਹੈ ਅਤੇ ਨਾ ਉਹ ਘੋੜੇ 'ਤੇ ਦੌੜਿਆ ਜਾਣਾ ਸਹੀ ਹੋ ਗਿਆ ਅੱਛਾ ਜੇ ਚੱਲ ਮੇਰਾ ਪੁੱਤ ਮੂਵੀ ਬਣੀ ਹੈ ਉਹਦੇ ਵਿੱਚ ਆਪਣੇ ਪਾਕਿਸਤਾਨੀ ਫਨਕਾਰ ਵੀ ਨਜ਼ਰ ਆਏ ਅਤੇ ਤੁਹਾਨੂੰ ਕਿਹਦਾ ਰੋਲ ਸਭ ਨਾਲੋਂ ਜ਼ਿਆਦਾ ਅੱਛਾ ਲੱਗਿਆ ਚੱਲ ਮੇਰਾ ਪੁੱਤ ਦੇ ਵਿੱਚ ਜਿਹੜੀ ਇਹ ਨਾ ਕਹਿ ਦੇਣਾ ਸਾਰੇ ਹੀ ਅੱਛੇ ਸੀ ਇੱਕ ਦਾ ਨਾਮ ਲੈਣਾ ਚੱਲ ਮੇਰਾ ਪੁੱਤ ਦੇ ਵਿੱਚ ਅਸਲ 'ਚ ਅਗਰ ਕੋਈ ਸਹੀ ਕਾਮੇਡੀ ਰੋਲ ਮੈਨੂੰ ਪਤਾ ਲੱਗਾ ਤਾਂ ਇਫਤਾਰ ਠੱਕਰ ਸਾਹਿਬ ਦਾ ਬਿਲਕੁਲ ਕੋਈ ਸ਼ੱਕ ਨਹੀਂ ਠੱਕਰ ਸਾਹਿਬ ਨੇ ਜੋ ਕਿਹਾ ਚਿਹਰੇ ਤੋਂ ਉਹ ਉਹਨਾਂ ਦੇ ਚਿਹਰੇ ਤੋਂ ਲੱਗਾ ਹੈ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹਾਂ ਅਤੇ ਅਗਰ ਤੁਹਾਨੂੰ ਮੌਕਾ ਮਿਲੇ ਅਤੇ ਤੁਸੀਂ ਕਿਹੜਾ ਰੋਲ ਅਦਾ ਕਰਨਾ ਚਾਹੋਗੇ ਮਤਲਬ ਜਿਹੜੀ ਹੁਣ ਗੁਜ਼ਰ ਚੁੱਕੀ ਹੈ ਅਸੀਂ ਤਾਂ ਉਹਦੇ ਕਹਿ ਸਕਦੇ ਹਾਂ ਨਾ ਕਿ ਉਹਦੇ ਵਿੱਚੋਂ ਕਿਹੜਾ ਰੋਲ ਤੁਹਾਨੂੰ ਲੱਗਿਆ ਕਿ ਯਾਰ ਇਹ ਮੈਂ ਜ਼ਿਆਦਾ ਮਜ਼ੇ ਦਾ ਕਰ ਸਕਦਾ ਮੈਂ ਅਗਰ ਰੋਲ ਕਰਦਾ ਨਾ ਤਾਂ ਮੈਂ ਭਾਵੇਂ ਨਾਸਰ ਚਨੋਠੀ ਵਾਲਾ ਜਾਂ ਅਕਰਮ ਦਾਸ ਵਾਲਾ ਉਹਨਾਂ 'ਚੋਂ ਇੱਕ ਰੋਲ ਕਰਦਾ ਅਗਰ ਮੈਨੂੰ ਸਹੀ ਸਹੀ ਕਿਉਂਕਿ ਮੈਂ ਬਾਦਸ਼ਾਹ ਨਹੀਂ ਕਰ ਸਕਦਾ ਠੱਗ ਸਾਹਿਬ ਵਾਲਾ ਨਹੀਂ ਕਰ ਸਕਦਾ ਠੀਕ ਹੋ ਗਿਆ
बाकी अगर इंडिया ਦੇ ਵਿੱਚ ਅਗਰ ਕੋਈ ਮੈਨੂੰ ਲੜਕੀ ਪਸੰਦ ਹੈ ਨਾ ਜਿਹੜੀ ਮੇਰੀ ਰਾਤ ਨੂੰ ਖਾਪਾਂ 'ਚ ਆਉਂਦੀ ਹੈ ਬਿਲਕੁਲ ਬਿਲਕੁਲ ਇਤਲਾਸ ਚਲਾਉਂਦੀ ਹੈ ਹਾਏ ਹਾਏ ਖਰੇ ਅੱਜ ਫੇਰ ਆਏਗੀ ਲਾਜ਼ਮਨ ਉਹਦਾ ਮੈਨੂੰ ਨਾਂ ਹੀ ਯਾਦ ਦੱਸ ਜਿਹੜੀ ਮੈਨੂੰ ਜੇ ਮੈਂ ਇੰਨਾ ਟੇਕ ਗਾਣਾ ਸੁਣਿਆ ਵਾ ਤਾਂ ਮੇਰੀ ਬੇਗਮ ਕਹਿੰਦੀ ਇਹਨੇ ਕਿਹੜਾ ਨਿਕਲ ਕੇ ਬਾਹਰ ਆਇਆ ਨਾ ਮੇਰਾ ਅਤੇ ਮੇਰਾ ਬੇਟਾ ਕਹਿੰਦਾ ਪਾਪਾ ਇਸਕੋ ਛੋੜ ਦਿਓ ਇਸਕੇ ਤਾਂ ਬਾਲ ਹੀ ਐਸੇ ਛੱਤਾ ਹੈ ਇੰਡੀਆ ਫਿਲਮ ਇੱਕ ਬਣੀ ਹੈ ਗੁੱਡੀਆਂ ਪਟੋਲੇ ਉਸ ਲੰਮੇ ਜਿਹੇ ਕੱਦ ਦੀ ਲੜਕੀ ਹੈ ਨਾਂ ਹਾਂ ਅੱਛਾ ਅਤੇ ਉਹ ਤੁਹਾਨੂੰ ਬਟ ਅਤੇ ਜੇ ਰਾਤ ਨੂੰ ਖਾਬਾਂ 'ਚ ਆਉਂਦੀ ਹੈ ਅਤੇ ਤੁਹਾਡੀ ਵਾਈਫ ਨਹੀਂ ਪਰੇਸ਼ਾਨ ਹੁੰਦੀ ਬੀਵੀ ਨਹੀਂ ਪਰੇਸ਼ਾਨ ਹੁੰਦੀ ਨਹੀਂ ਉਹ ਆਪਣੇ ਕਮਰੇ 'ਚ ਨਹੀਂ ਮੈਂ ਆਪਣੇ ਕਮਰੇ 'ਚ ਉਹਨੂੰ ਪਤਾ ਖਾ ਪੀ ਕੌਣ ਆਇਆ ਕੌਣ ਨਹੀਂ ਅੱਛਾ ਅੱਛਾ ਸਹੀ ਹੋ ਗਿਆ ਅੱਛਾ ਇੰਡੀਅਨ ਫਨਕਾਰ ਜ਼ਰੂਰੀ ਨਹੀਂ ਹੁੰਦਾ ਖਾਬ ਦੇ ਵਿੱਚ ਕੋਈ ਆਵੇ ਨਾ ਹਾਲਾਂਕਿ ਉਹ ਤੁਹਾਨੂੰ ਡਿਸਟਰਬ ਕਰੇ ਜਾਂ ਖਾਬ ਦੇ ਵਿੱਚ ਜ਼ਿਹਨ ਹੋਵੇ ਖਾਬ ਦੇ ਵਿੱਚ ਅੱਛੀ ਗੁਫ਼ਤਗੂ ਹੋ ਜਾਂਦੀ ਬੰਦਾ ਗੱਲਬਾਤ ਕਰਦਾ ਕਈ ਦਫ਼ਾ ਖਾਬ 'ਚ ਮੇਰਾ ਖਰਚਾ ਕਰਾ ਕੇ ਰੋਟੀ ਪਾਣੀ ਲਿਆ ਕੇ ਅਤੇ ਮੈਂ ਖਵਾ ਦਿੱਤਾ ਸਵੇਰ ਨੂੰ ਵੇਖਿਆ ਤੇ ਪੈਸੇ ਹੈ ਨਹੀਂ ਜੇਬ 'ਚ ਉਹ ਫਿਰ ਮੇਰੇ ਪੁੱਤਰ ਨੇ ਦੱਸਿਆ ਪਾਪਾ ਮੈਂ ਰਾਤ ਨਿਕਾਲੇ ਤੇ ਮੈਂ ਕਿਹਾ ਅੱਛਾ ਮੈਂ ਸਮਝਿਆ ਰਾਤੀ ਉਹੀ ਕੱਢ ਕੇ ਲੈ ਗਈ ਖਰੇ ਸਹੀ ਹੋ ਗਿਆ ਚੰਗੀ ਸਟਰਗਲ ਕੀਤੀ ਹੈ ਤੁਸੀਂ ਜਿਹੜਾ ਤੁਸੀਂ ਕੁੜੀਆਂ ਨੂੰ ਪੈਸੇ ਖਵਾਏ ਗਏ ਹੋ ਜਿਸ ਤਰ੍ਹਾਂ ਬਹੁਤ ਪੈਸੇ ਹੁੰਦੇ ਨਾ ਮੈਂ ਕਹਿੰਦਾ ਜੀ ਆਹ ਗੱਡੀ ਹੁਣ ਮੇਰੇ ਕੋਲ ਆਈ ਨਹੀਂ ਪਹਿਲੇ ਹੀ ਗੱਡੀ ਇੰਝ ਹੀ ਹੁੰਦੀ ਸੀ ਕਿ ਗੱਡੀ ਦਿੱਤੀ ਮੈਂ ਕੁੜੀ ਨੂੰ ਅੱਛਾ ਗੱਡੀ ਮਹਿਰਾਨ ਗੱਡੀ ਦਿੱਤੀ ਨਹੀਂ ਇਹ ਲਾਜ਼ਮੀ ਵਾਕਿਆ ਹੈ ਲਾਜ਼ਮੀ ਵਾਕਿਆ ਸੁਣਨੇ ਇਹ ਜ਼ਰਾ ਸੁਣਾਓ ਬਸ ਉਹ ਪਾਰਟਨਰਸ਼ਿਪ ਤੇ ਗੱਡੀ ਲਈ ਸੀ ਅੱਛਾ ਅੱਛਾ ਅਤੇ ਉਹ ਮੈਂ ਉਹਨੂੰ ਕਿਹਾ ਜੀ ਮੇਰੇ ਮੁਹੱਬਤ ਹੋਈ ਮੈਂ ਕਹਿੰਦੀ ਮੈਂ ਕਿਹਾ ਮੇਰਾ ਮੈਨੂੰ ਦਿਲ ਦੇ ਦੇ ਕਹਿੰਦੀ ਤੂੰ ਮੈਂ ਤੇਰਾ ਤਾਂ ਦਿਲ ਵਾਪਸ ਕਰ ਦਿੰਦੀ ਤੁਸੀਂ ਮੈਨੂੰ ਗੱਡੀ ਦੇ ਦਿਓ ਮੈਂ ਕਿਹਾ ਚੱਲ ਸੌਦਾ ਹੋ ਗਿਆ ਗੱਡੀ ਦਾ ਬਾਅਦ 'ਚੋਂ ਬਹੁਤ ਰੋਇਆ ਮੈਂ ਜਾ ਕੇ ਮੈਂ ਕਿਹਾ ਬੇਟਾ ਦਿਲ ਤਾਂ ਤੇਰੇ ਕੋਲ ਹੀ ਸੀ ਗੱਡੀ ਤੁਹਾਨੂੰ ਵੀ ਦੇ ਦਿੱਤੀ ਲੇਕਿਨ ਇਹ 12-2004 ਦੀ ਗੱਲ ਹੈ ਗੱਡੀ ਵੀ ਉਹਨੇ 75,000 ਰੁਪਏ ਦੀ ਸੀ ਗੱਡੀ ਦਿੱਤੀ ਨਾਲ ਫਿਰ ਮੈਂ ਸੋਹਣੀਆਂ ਬਦਦੁਆਵਾਂ ਦਿੱਤੀ ਸਹੀ ਬਸ ਫਿਰ ਉਹ ਕੋਈ 6 ਮਹੀਨੇ ਆਪ ਹਸਪਤਾਲ ਰਹੀ ਹੈ ਅਤੇ ਗੱਡੀ ਵਰਕਸ਼ਾਪ ਰਹੀ ਹੈ ਕਿਉਂ ਚੱਲਦੀ ਚੱਲਦੀ ਤਾਂ ਟਾਇਰ ਤੋਂ ਇੱਕ ਵੀਲ ਨਿਕਲ ਜਾਂਦਾ ਸੀ ਸਹੀ ਹੋ ਗਿਆ ਅੱਛਾ ਇੰਡੀਅਨ ਫਨਕਾਰ ਫਿਲਮਾਂ ਕਰ ਰਹੇ ਨੇ ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ ਅਤੇ ਤੁਹਾਨੂੰ ਅਗਰ ਮੌਕਾ ਮਿਲੇ ਤਾਂ ਅਮਰਿੰਦਰ ਗਿੱਲ ਨਾਲ ਮੂਵੀ ਕਰੋਗੇ ਜਾਂ ਗਿੱਪੀ ਗਰੇਵਾਲ ਨਾਲ ਕਰੋਗੇ ਅਮਰਿੰਦਰ ਗਿੱਲ ਨਾਲ ਕਰਾਂਗਾ ਮੈਂ ਅੱਛਾ ਜੀ ਸਹੀ ਹੋ ਗਿਆ ਬਲਕਿ ਦੋਵੇਂ ਆਰਟਿਸਟ ਤਾਂ ਅੱਛੇ ਨੇ ਲੇਕਿਨ ਚੂੰਕਿ ਪਾਕਿਸਤਾਨ ਨੂੰ ਜ਼ਿਆਦਾ ਇਲਾਕਾ ਹੁਣ ਦੋਵਾਂ ਨੇ ਪਾਕਿਸਤਾਨ ਨੇ ਸ਼ੁਰੂ ਕੀਤੀ ਨਹੀਂ ਨਹੀਂ ਉਹ ਦੋਵਾਂ ਨੇ ਉਹਨਾਂ ਗਿੱਪੀ ਗਰੇਵਾਲ ਨੇ ਵੀ ਰਾਮ ਨਸੀਬ ਵਿੱਕੀ ਸਾਹਿਬ ਕਰ ਗਏ ਨੇ ਦੂਜੇ ਨਾਲ ਭਾਵੇਂ ਠਾਕਰ ਸਾਹਿਬ ਕਰ ਗਏ ਅਤੇ ਇਹ ਦੋਨੇ ਐਸੇ ਫਨਕਾਰ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਮਸ਼ਹੂਰ ਵੀ ਨੇ ਤਾਂ ਔਰ ਵੈਸੇ ਵੀ ਸਾਡੇ ਪਾਕਿਸਤਾਨ ਫਨਕਾਰਾਂ ਨੂੰ ਨਾ ਖੁੱਲ੍ਹ ਕੇ ਕੰਮ ਕਰਦੇ ਸਹੀ ਹੋਊਗਾ ਜਿਹੜੀ ਸਭ ਨਾਲੋਂ ਪਿਆਰੀ ਕੁੜੀ ਹੈ ਜਿਹੜੀ ਸਟੇਜ 'ਤੇ ਤੁਹਾਨੂੰ ਲੱਗਦੀ ਹੈ ਉਹ ਕਿਹੜੀ ਲੱਗਦੀ ਹੈ ਆਪਣੀ ਐਕਟਰਸਾਂ ਵਿੱਚੋਂ ਜਿਹੜੀ ਸਟੇਜ 'ਤੇ ਪਿਆਰੀ ਲੱਗਦੀ ਉਹਨੂੰ ਸਟੇਜ 'ਤੇ ਅਸੀਂ ਪਿਆਰੀ ਵੀ ਨਹੀਂ ਕਹਿ ਸਕਦੇ ਅੱਛਾ ਕਿਉਂਕਿ ਪਿੱਛੋਂ ਬਾਹਰ ਨਿਕਲਿਆ ਉਹਦੀ ਮਾਂ ਜਾਂ ਲਿਫਟ ਮੰਗ ਲੈਂਦੀ ਜਾਂ 10,000 ਰੁਪਏ ਮੰਗ ਲੈਂਦੀ ਕਿਉਂ ਮੈਨੂੰ ਖਰਚਾ ਪਵਾਉਣਾ ਹੀ ਇਹ ਪਾ ਜੇ ਤੂੰ ਜਿਹਨੂੰ ਤੁਸੀਂ ਪਿਆਰੀ ਕਹਿਤਾ ਤਾਂ ਫਿਰ ਬਸ ਗਏ ਤੁਸੀਂ ਨਾਲ ਉਹਨੇ ਦੀ ਇੱਕ ਮਾਂ ਹੁੰਦੀ ਦੋ ਭੈਣਾਂ ਹੁੰਦੀਆਂ ਇੱਕ ਉਹ ਹੁੰਦਾ ਬਿਊਟੀ ਬਾਕਸ ਚੁੱਕਣ ਵਾਲਾ ਉਹ ਕਹਿੰਦਾ ਮੈਡਮ ਉਹ ਤੁਹਾਨੂੰ ਅੱਛਾ ਲੱਗਦਾ ਪਿਆਰਾ ਲੱਗਦਾ ਕਹਿੰਦੀ ਅੱਛਾ ਠੀਕ ਆਉਂਦੀਆਂ ਕਹਿੰਦੀਆਂ ਇੱਕ ਰੈੱਡ ਬੁਲ ਅਤੇ ਬਰਗਰ ਮੰਗਾ ਦਿਓ ਗਰੀਬ ਆਦਮੀ ਦਾ ਉੱਥੇ ਗਿਆ 800-900 ਸਹੀ ਹੋ ਗਿਆ ਅਤੇ ਉਹ ਸਾਨੂੰ ਪਿਆਰੀ ਲੱਗ ਹੀ ਜਾਵੇ ਤਾਂ ਅਸੀਂ ਆਪਸ 'ਚ ਕਹਿ ਲਈਦਾ ਮੈਨੂੰ ਬੜੀ ਚੰਗੀ ਲੱਗਦੀ ਉਹ ਕਹਿੰਦਾ ਬਕਵਾਸ ਨਾ ਕਰ ਮੈਨੂੰ ਲੱਗਦੀ ਹੈ ਉਹਨੂੰ ਨਹੀਂ ਦੱਸੀਦਾ ਸਹੀ ਹੋ ਗਿਆ ਅੱਛਾ ਤਾਂ ਬੁਰੀ ਕੌਣ ਲੱਗਦੀ ਹੈ ਬੁਰੀ ਜਿਹੜੀ ਉੱਚੀ ਬੋਲਦੀ ਹੋਵੇ ਮੈਨੂੰ ਉਹ ਬਹੁਤ ਬੁਰੀ ਲੱਗਦੀ ਨਹੀਂ ਕਿਹੜੀ ਹੈ ਅੱਜ ਕੱਲ੍ਹ ਦੇ ਨਹੀਂ ਕਿਹੜੀ ਨਹੀਂ ਮਤਲਬ ਆਮ ਦੇ ਸੈੱਟ 'ਤੇ ਮੈਂ ਕਿਹਾ ਨਹੀਂ ਡਰ ਨਹੀਂ ਰਹੇ ਅਮੂਮਨ ਪਿੱਛੇ ਜਾਂ ਸੈੱਟ 'ਤੇ ਨਾ ਇੱਕ ਬਸ ਖਤੂਨਾਂ ਦੀ ਸਾਡੀ ਆਦਤ ਹੁੰਦੀ ਹੈ ਅਤੇ ਅਸਲਾਮ ਵਾਲੇਕੁਮ ਆਬਦ ਚਾਲੀ ਸਾਹਿਬ ਕੈਸੇ ਹੈ ਆਪ ਠੀਕ ਹੈ ਨਾ ਬਾਅਦ ਹੋ ਗਿਆ ਕੀ ਹਾਲ ਆ ਆਬਦ ਹਾਂ ਕਿੱਥੇ ਗਿਆ ਸਾਂ ਵੇ ਰਾਤੀ ਉੱਥੇ ਬੈਠਾ ਤਾਂ ਅਤੇ ਜਨਾਨੀ ਕੁਝ ਨਹੀਂ ਆਉਂਦੀ ਬਈ ਇਸ ਤਰ੍ਹਾਂ ਦੀਆਂ ਕੁੜੀਆਂ ਤੂੰ ਤਾਂ ਔਨ ਸਟੇਜ ਅਸੀਂ ਵੇਖਦੇ ਹਾਂ ਤੁਹਾਡੇ ਪੰਜਾਬੀ ਬੋਲਦੇ ਬਿਲਕੁਲ 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 ਲੇਕਿਨ ਇਹ ਹੈਗਾ ਕਿ ਸਮਾਂ ਵੀ ਇੱਕ ਮਿਆਰ ਹੈ ਇਹ ਵੀ ਖੂਬਸੂਰਤੀ ਹੈ ਬਿਲਕੁਲ ਬਿਲਕੁਲ ਦੇਖੋ ਅੱਜ ਸਟੇਜ ਡਰਾਮਾ ਅਗਰ ਅਸੀਂ ਅੱਛਾ ਕਰਨਾ ਚਾਹੀਏ ਤਾਂ ਬਹੁਤ ਅੱਛਾ ਹੋ ਰਿਹਾ ਬਿਲਕੁਲ ਬਿਲਕੁਲ ਅੱਲਾਹ ਦਾ ਸ਼ੁਕਰ ਹੈ ਕਿ ਲਾਹੌਰ ਦੇ ਵਿੱਚ ਇੱਕ ਕੈਟਾਗਰੀ ਬਣ ਗਈ ਉਹ ਟੈਨਸ਼ਨ ਨਹੀਂ ਰਹੀ ਵੀ ਜੇ ਇਹਨਾਂ ਨੇ ਮੁੰਡੇ ਮੁੰਡੇ ਹੈਗੇ ਡਰਾਮਾ ਵੇਖਣਾ ਗਾਣੇ ਸੁਣਨੇ ਸ਼ਾਲੀਮਾਰ ਚੱਲ ਜਾਓ ਇੱਧਰ ਚੱਲ ਜਾਓ ਜਾਂ ਡਰਾਮਾ ਵੇਖਣਾ ਅਲਫਰਾ ਚੱਲ ਜਾਓ ਅਲਹਮਰਾ ਚੱਲ ਜਾਓ ਇੱਕ ਮਿਆਰ ਦੇ ਡਰਾਮੇ ਬਣ ਗਏ ਨੇ ਬਿਲਕੁਲ ਔਰ ਮੈਂ ਸ਼ੁਕਰ ਹੈ ਕਿ ਐਸੇ ਇੱਕ ਥੀਏਟਰ 'ਚ ਕੰਮ ਕਰ ਰਿਹਾ ਮੇਰੇ ਦੋਸਤ ਅਤੇ ਭਾਈ ਅਰਸ਼ਦ ਚੌਧਰੀ ਸਾਹਿਬ ਅਲਫਰਾ ਥੀਏਟਰ ਮੈਂ ਤੁਹਾਡੇ ਵਿਸਾਰ ਨਾਲ ਕਹਾਂਗਾ ਅਗਰ ਤੁਸੀਂ ਬਿਲਕੁਲ ਡਰਾਮਾ ਵੇਖਣਾ ਚਾਹੁੰਦੇ ਹੋ ਤਾਂ ਹੁਣ ਆਣ ਕੇ ਵੇਖੋ ਅਲਫਰਾ ਅੱਛਾ ਸਹੀ ਹੋ ਗਿਆ ਸਭ ਜਗ੍ਹਾ ਸਹੀ ਹੋ ਰਿਹਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ ਲੇਕਿਨ ਚੂੰਕਿ ਉੱਥੇ ਅਸੀਂ ਸੈੱਟ ਚੇਂਜ ਕਰਦੇ ਹਾਂ ਡਰਾਮਾ ਚੇਂਜ ਕਰਦੇ ਹਾਂ ਫਿਰ ਡਰਾਮੇ ਨੂੰ 2-4 ਦਿਨ ਤੋਂ ਬਾਅਦ ਅਗਰ ਬਿਹਤਰ ਹੁੰਦਾ ਤਾਂ 10-20 ਦਿਨ ਚਲਾਉਂਦੇ ਗਰਮ ਮਸਾਲਾ ਕਿਤਨਾ ਗਰਮ ਹੁੰਦਾ ਮੈਂ ਆਪਸ਼ਨ ਵੀ ਦਿਆਂਗਾ ਇੱਕ ਮੈਂ ਇਤਨਾ ਗਰਮ ਹੁੰਦਾ ਇਤਨਾ ਗਰਮ ਹੁੰਦਾ ਜਾਂ ਨਰਗਸ ਜਿਤਨਾ ਗਰਮ ਹੁੰਦਾ ਗਰਮ ਮਸਾਲਾ ਕਿੰਨਾ ਗਰਮ ਹੁੰਦਾ
ਪਹਿਲੇ ਤੇ ਮੈਡਮ ਨਰਗਸ ਸਾਹਿਬ ਆ ਹੁਣ ਗਰਮ ਸਾਲ ਨਾਲ ਉਹਨਾਂ ਕੋਲ ਤਲੇ ਵੀ ਮੈਂ ਨਹੀਂ ਚਲੋ ਜਿਸ ਟਾਈਮ ਕੰਮ ਕਰਦੇ ਨੇ ਉਸ ਟਾਈਮ ਜਦੋਂ ਕੰਮ ਕਰਦੇ ਸਨ ਉਹਨਾਂ ਵਰਗਾ ਕੋਈ ਗਰਮ ਹੀ ਨਹੀਂ ਸੀ ਅਤੇ ਅੱਛਾ ਬਾਕੀ ਹੁਣ ਗਰਮ ਮਸਾਲਾ ਅਤੇ ਬਹਾਂਡੀ 'ਚ ਪਾਏ ਪਤਾ ਲੱਗਦਾ ਕਿੰਨਾ ਗਰਮ ਹੈ ਬਾਅਦ ਲੋਕਾਂ ਦਾ ਹਿਸਾਬ ਹੁੰਦਾ ਥਰਮੋਸ ਵਾਲਾ ਅੱਛਾ ਬਾਹਰੋਂ ਠੰਡੇ ਅੰਦਰੋਂ ਗਰਮ ਤੁਹਾਨੂੰ ਕਿਸ ਤਰ੍ਹਾਂ ਦਾ ਗਰਮ ਚਾਹੀਦਾ ਮੈਂ ਗਰਮ ਮਸਾਲੇ ਦੀ ਗੱਲ ਕਰ ਰਿਹਾ ਸੀ ਹਾਂਡੀ 'ਚ ਪਾਉਣ ਵਾਲਾ ਜਾਂ ਜਿਹੜਾ ਵੀਡੀਓ ਸੈਂਟਰ ਤੋਂ ਲੈ ਕੇ ਆਈਦਾ ਨਹੀਂ 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 ਹਾਂਡੀ 'ਚ ਪਾਉਣ ਵਾਲਾ ਹਾਂਡੀ 'ਚ ਪਾਉਣ ਵਾਲਾ ਮੈਂ ਗਰਮ ਮਸਾਲਾ ਖਾਂਦਾ ਨਹੀਂ ਬਲੱਡ ਪ੍ਰੈਸ਼ਰ ਹਾਈ ਕਰ ਦਿੰਦਾ ਸਹੀ ਹੋ ਗਿਆ ਨਹੀਂ ਤਾਂ ਤੁਸੀਂ ਕਿਹੜੇ ਗਰਮ ਮਸਾਲੇ ਦੀ ਗੱਲ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਤੁਸੀਂ ਕਿਹੜੇ ਗਰਮ ਮਸਾਲੇ ਦੀ ਗੱਲ ਸਾਡੇ ਸਟੇਜ 'ਤੇ ਪਹਿਲੇ ਗਰਮ ਮਸਾਲਾ ਵੀਡੀਓ ਚੱਲਦੇ ਰਹੇ ਗਾਣੇ ਚੱਲਦੇ ਰਹੇ ਲਿਖਿਆ ਹੁੰਦਾ ਗਰਮ ਮਸਾਲਾ ਅਤੇ ਉਹ ਗਾਣੇ ਹੀ ਇਸ ਕਿਸਮ ਦੇ ਚੱਲਦੇ ਸੀਗਾ ਹਾਂਡੀ 'ਚ ਮਿਰਚਾਂ ਨਾ ਵੀ ਹੁਣ ਫਿੱਕੀ ਹਾਂਡੀ ਖਾ ਕੇ ਬੰਦਾ ਗਰਮ ਹੋ ਜਾਂਦਾ ਸਹੀ ਹੋ ਗਿਆ ਅੱਛਾ ਅਗਰ ਤੁਹਾਨੂੰ ਡਿਨਰ ਕਰਨ ਦਾ ਮੌਕਾ ਮਿਲੇ ਮਤਲਬ ਤੁਹਾਨੂੰ ਮੌਕਾ ਮਿਲੇ ਕਿ ਡਿਨਰ ਕਰਨਾ ਹੈ ਅਤੇ ਤੁਸੀਂ ਕਿਹਦੇ ਨਾਲ ਕਰਨਾ ਚਾਹੋਗੇ ਮਾਹਿਰਾ ਖਾਨ ਨਾਲ ਜਾਂ ਮੈਂ ਵੀ ਸ਼ਿਆਤ ਨਾਲ ਓਏ ਹੋਏ ਯਕੀਨਨ ਲੋਕ ਕਹਿਣਗੇ ਮੈਂ ਵੀ ਸ਼ਿਆਤ ਹਾਂ ਲੇਕਿਨ ਮੈਂ ਕਹਾਂਗਾ ਮਾਹਿਰਾ ਅੱਛਾ ਕੋਈ ਖਾਸ ਵਜ੍ਹਾ ਬਸ ਉਹ ਗੁਫਤਗੂ ਆਸਥਾ ਬੋਲਦੇ ਨੇ ਅਤੇ ਮੇਰੇ ਖਿਆਲ ਨਾਲ ਮੈਂ ਵੀ ਸ਼ਿਆਤ ਬੜੀ ਜਲਦੀ ਬੋਲ ਜਾਂਦੀ ਪਤਾ ਨਹੀਂ ਇਹਨੇ ਕੀ ਕਹਿ ਜਾਂਦਾ ਤਾਂ ਮੈਨੂੰ ਸਮਝ ਨਹੀਂ ਆਉਣੀ ਉਹ ਜਿਹੜਾ ਆਸਤਾ ਆਸਤਾ ਬੋਲਣਾ ਕਿ ਡਿਨਰ ਦੇ ਵਿੱਚ ਮੈਨੂੰ ਮਜ਼ਾ ਆਏਗਾ ਸਹੀ ਹੋ ਗਿਆ ਇਹ ਹੁਣ ਕਰਵਾਓਗੇ ਜਾਂ ਖਾਲੀ ਗੱਲਾਂ 'ਚ ਪੁੱਛਿਆ ਵੀ ਹਾਂਜੀ ਮੁਲਾਕਾਤ ਇੰਟਰਵਿਊ ਕਰਾਓ ਉਹਨਾਂ ਨਾਲ ਡਿਨਰ ਕਰਵਾਓਗੇ ਜਾਂ ਗੱਲਾਂ 'ਚ ਪੁੱਛਿਆ ਨਹੀਂ ਨਹੀਂ ਅਸੀਂ ਇਨਸ਼ਾਅੱਲਾ ਸੁਣ ਰਹੇ ਹੋਣੀ ਮਾਹਿਰਾ ਖਾਨ ਅਤੇ ਤੁਸੀਂ ਉਹਨਾਂ ਨੂੰ ਪੈਗਾਮ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਨਹੀਂ ਜੀ ਮੇਰੇ ਕਾਬਲ ਇਹਤਰਾਮ ਨੇ ਦੋਨੋਂ ਸ਼ਖਸੀਅਤ ਦਾ ਮੈਂ ਲਾਈਕ ਕਰਾਂਗਾ ਆਪਣੇ ਪਸੰਦ ਕਰਦਾ ਆਰਟਿਸਟ ਨੂੰ ਲੇਕਿਨ ਕਿਤੇ ਕੋਈ ਇੰਤਜ਼ਾਮ ਕਰੋ ਐਸਾ ਸਹੀ ਅੱਛਾ ਜੀ ਸਰ ਜੀ ਆਹਰ ਦੇ ਤੁਸੀਂ ਕੋਈ ਆਪਣੇ ਦੇਖਣ ਵਾਲਿਆਂ ਨੂੰ ਚਾਹਣੇ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਹਾਂ ਦੇਖਣ ਵਾਲਿਆਂ ਨੂੰ ਚਾਹਣ ਵਾਲਿਆਂ ਮੈਂ ਇਹੀ ਪੈਗਾਮ ਦੇਣਾ ਚਾਹਾਂਗਾ ਅਸੀਂ ਇੱਕ ਆਰਟਿਸਟ ਹਾਂ ਸਾਡੇ ਤੁਸੀਂ ਇੰਟਰਵਿਊ ਦੇਖ ਰਹੇ ਹੋ ਤੁਹਾਡੀ ਮਿਹਰਬਾਨੀ ਲੇਕਿਨ ਕੁਛ ਇੰਟਰਵਿਊ ਫਨੀ ਹੁੰਦੇ ਨੇ ਸਾਡੇ ਵਾਕਿਆਤ ਹੁੰਦੇ ਨੇ ਇਹਦੇ ਤੋਂ ਸਬਕ ਹਾਸਲ ਕਰਨਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਇਹਨਾਂ ਨਾਲ ਇੰਜ ਹੋਇਆ ਅਸੀਂ ਵੀ ਇੰਜ ਕਰਦੀ ਲਾਈਫ ਦੇ ਵਿੱਚ ਅਗਰ ਕੋਈ ਬੰਦਾ ਕਾਮਯਾਬ ਹੋਣਾ ਚਾਹੁੰਦਾ ਤਾਂ ਮੇਰੇ ਖਿਆਲ ਦੇ ਮੁਤਾਬਕ ਨਾ ਅਗਰ ਤੁਹਾਡਾ ਘਰ ਮਾਂ ਪਿਓ ਹੈਗਾ ਤਾਂ ਉਹ ਆਪਣੇ ਮਾਂ ਪਿਓ ਦਾ ਅਦਬ ਔਰ ਇਹਤਰਾਮ ਕਰੇ ਉਹਨਾਂ ਦੇ ਕਹਿਣ 'ਤੇ ਚੱਲੇ ਸਾਡੇ ਕਹਿਣ 'ਤੇ ਚੱਲੇਗਾ ਤਾਂ ਫਿਰ ਅਸੀਂ ਤਾਂ ਖੱਜਲ ਖਰਾਬ ਹੀ ਹਾਂ ਦਸ ਦਸ ਬਾਰਾਂ ਬਾਰਾਂ ਸਾਲ ਰੋਲਣਾ ਪੈਂਦਾ ਸਾਮਾ ਸਾਹਿਬ ਯਕੀਨ ਕਰੋ ਜੀ ਜੀ ਇਹ ਲੜਕੀਆਂ ਦੀਆਂ ਕੱਪੜੇ ਵੀ ਇਸਤਰੀ ਕਰਾਏ ਨੇ ਆਊਟਡੋਰ 'ਤੇ ਰਾਤ ਨੂੰ ਡਰਾਮਾ ਕਰਦੇ ਸਰ ਰਾਤ ਨੂੰ ਡਰਾਮਾ ਕਰਦੇ ਮਿੰਚਣਾ ਬਾਅਦ ਡਰਾਮਾ ਕੀਤਾ ਰਾਤ ਨੂੰ ਡਰਾਮੇ ਤੋਂ ਬਾਅਦ ਪੁਲਿਸ ਫੜ ਕੇ ਲੈ ਗਈ ਸਾਨੂੰ ਸਵੇਰ ਨੂੰ ਉਹ ਸਾਡੀ ਰਹਿਸ਼ ਤੇ ਹੁਣ ਪੇਸ਼ਗਾ ਉੱਥੇ ਪੈਣ ਸਾਡਾ ਸਮਾਨ ਪਿਆ ਵਾ ਅਤੇ ਪੁਲਿਸ ਥਾਣੇ ਫੜ ਕੇ ਲੈ ਗਈ ਧੋਤੀ ਬੰਨੀ ਕੁੜਤਾ ਪਾਇਆ ਉੱਥੋਂ ਠੰਡ ਲੱਗਣ ਦੇ ਅਤੇ ਮੁੱਛਾਂ ਬਣਾਈਆਂ ਪੈਨਸਲ ਨਾਲ ਪੈਨਸਲ ਵੀ ਹਾਂਜੀ ਅਤੇ ਮਾਰਕਲ ਦੀਆਂ ਮੁੱਛਾਂ ਬਣਾਈਆਂ ਉੱਥੇ ਪਹਿਚਾਣ ਨਾ ਜਾਈਏ ਕੌਣ ਆ ਜ਼ਮਾਨਤ ਕਰਾਉਣ ਨਾ ਆਵੇ ਕੋਈ ਅੱਛਾ ਇਸ ਕਿਸਮ ਦੇ ਵਾਕਿਆ ਵੀ ਸਾਡੇ ਨਾਲ ਹੋਏ ਰਾਤ ਨੂੰ ਸ਼ਾਮ ਨੂੰ ਟਾਈਮ ਜਾ ਕੇ ਉੱਥੇ ਕਿਤੇ ਬੰਦੇ ਆਏ ਉੱਥੇ ਗਏ ਉਹ ਕਹਿੰਦੇ ਫਨਕਾਰ ਉਹ ਰਿਹਾਇਸ਼ 'ਤੇ ਫਨਕਾਰ ਨਹੀਂ ਆਏ ਤਾਂ ਕਹਿੰਦਾ ਉਹ ਤਾਂ ਥਾਣੇ ਫੜੇ ਨੇ ਉਹ ਥਾਣੇ ਬੰਦਾ ਲੈ ਕੇ ਆਇਆ ਕਹਿੰਦਾ ਯਾਰ ਅਤੇ ਇਸ ਤਰ੍ਹਾਂ ਦੀ ਖੱਜਲ ਖਰਾਬੀ ਤੋਂ ਬਾਅਦ ਕਿ ਮਾਂ ਪਿਓ ਦੀ ਜੇ ਸਾਡੀ ਮੰਨੋਗੇ ਤਾਂ ਇਸ ਤਰ੍ਹਾਂ ਥਾਣਿਆਂ 'ਚ ਰਹੋਗੇ ਅਤੇ ਮਾਂ ਪਿਓ ਦੀ ਮੰਨੋਗੇ ਤਾਂ ਖੁਸ਼ ਰਹੋਗੇ ਮਾਂ ਪਿਓ ਤੁਹਾਨੂੰ ਇਜਾਜ਼ਤ ਦੇਵੇ ਉਹਨਾਂ ਦੀ ਇਜਾਜ਼ਤ ਨਾਲ ਨਾਰਾਜ਼ ਕਰਕੇ ਨਹੀਂ ਕਿਸੇ ਨੂੰ ਕਹਿੰਦੇ ਜੀ ਜਿਹਨੇ ਮਾਂ ਨੂੰ ਮਾਂ ਦਾ ਕਹਿਣਾ ਮੰਨਿਆ ਉਹਨੇ ਸਿਰਾ ਸੁੱਖ ਪਾਇਆ ਅਤੇ ਜਿਹਨੇ ਪਿਓ ਨੂੰ ਸਤਾਇਆ ਉਹਨੇ ਫਿਰ ਰਕਸ਼ਾ ਹੀ ਚਲਾਇਆ ਉਹ ਇਹ ਵੀ ਕਹਿ ਦਿਓ ਕਿ ਕੁੜੀਆਂ ਦੇ ਪਿੱਛੇ ਪੈਸੇ ਨਹੀਂ ਲਾਉਣੇ ਨਹੀਂ ਕੁੜੀਆਂ ਦੇ ਪਿੱਛੇ ਪੈਸੇ ਲਾਉਣੇ ਆ ਜਦੋਂ ਤੱਕ ਲਾਓਗੇ ਨਹੀਂ ਤੁਹਾਡਾ ਇਹ ਗਲਤ ਕਹਿ ਰਿਹਾ ਕੁੜੀ ਇਸ਼ਕ ਵੀ ਕਰਨਾ ਪਿਆਰ ਵੀ ਕਰਨਾ ਅਤੇ ਥਾਣੇ ਨਹੀਂ ਫੜੇ ਜਾਣਾ ਠੀਕ ਹੈ ਨਾ ਅਤੇ ਜੇ ਕੋਈ ਕੁੜੀ ਕਵੇ ਨਾ ਤਾਂ ਜੇਬ ਖਰਚੋ ਜ਼ਿਆਦਾ ਖਰਚਾ ਨਾ ਜ਼ਿਆਦਾ ਤੋਂ ਜ਼ਿਆਦਾ ਇੱਕ ਬਰਗਰ ਸ਼ਵਾਰਮਾ ਬਸ ਖਵਾ ਦੇਣਾ ਮੇਰੇ ਵਾਂਗੂ ਗੱਡੀਆਂ ਨਹੀਂ ਦੇਣੀਆਂ